प्यारे दोस्तों सत श्री अकाल वाहेगुरु जी का खालसा वाहेगुरु जी की फतेह आज मैं ਤੁਹਾਡੇ ਨਾਲ ਗੱਲ ਕਰਨੀ ਹੈ ਕੈਨੇਡਾ ਦੀਆਂ ਵਧੀਆ ਚੀਜ਼ਾਂ ਕੀ ਕੀ ਨੇ ਕਿਉਂਕਿ ਮੈਂ ਇਸ ਪ੍ਰੋਗਰਾਮ ਦਾ ਨਾਮ ਰੱਖਿਆ ਹੈ ਨਈ ਰੀਸਾਂ ਕੈਨੇਡਾ ਦੇਸ਼ ਦੀਆਂ ਕੈਨੇਡਾ ਇੱਕ ਬਹੁਤ ਹੀ ਪਿਆਰਾ ਬੜਾ ਖੂਬਸੂਰਤ ਦੇਸ਼ ਹੈ ਔਰ ਖਾਸ ਕਰਕੇ ਇਸ ਦੇਸ਼ ਦੇ ਵਿੱਚ ਜਿਹੜੇ ਰਹਿਣ ਵਾਲੇ ਸਿਟੀਜ਼ਨਸ ਹੈ ਜਾਂ ਆਮ ਲੋਕ ਨੇ ਉਨ੍ਹਾਂ ਦੀ ਪੂਰੀ ਪੂਰੀ ਕਦਰ ਹੈ ਗੱਲ ਇਹ ਹੈ ਕਿ ਇੱਥੇ ਲੋਕ ਆ ਕੇ ਕਿਉਂ ਰਹਿਣਾ ਚਾਹੁੰਦੇ ਆ ਕਿਉਂ ਬਸਣਾ ਚਾਹੁੰਦੇ ਆ ਉਹਦਾ ਇੱਕ ਕਾਰਨ ਤੇ ਇਹ ਹੈ ਕਿ ਕੈਨੇਡਾ ਦੇ ਵਿੱਚ ਧਰਮ ਦੇ ਨਾਮ ਤੇ ਕੋਈ ਬਖੇੜੇ ਨਹੀਂ ਹੁੰਦੇ ਕੋਈ ਝਗੜੇ ਨਹੀਂ ਹੁੰਦੇ ਗਰੀਬ ਕੌਣ ਹੈ ਅਮੀਰ ਕੌਣ ਹੈ ਉੱਚੀ ਜਾਤ ਦਾ ਕੌਣ ਹੈ ਨੀਵੀਂ ਜਾਤ ਦਾ ਕੌਣ ਹੈ ਇਹਦੇ ਨਾਮ ਤੇ ਵੀ ਕੈਨੇਡਾ ਦੇ ਵਿੱਚ ਕਦੇ ਕੋਈ ਮੁਸ਼ਕਲਾ ਨਹੀਂ ਆਈਆਂ ਹਰ ਬੰਦੇ ਦਾ ਸਿਰਫ ਇੱਕੋ ਇੱਕ ਹੀ ਮਨੋਰਥ ਹੈ ਕਮਾਈ ਕਰਨੀ ਹੈ ਦੂਸਰਿਆਂ ਦੀ ਰਿਸਪੈਕਟ ਕਰਨੀ ਆ ਤੇ ਅਨੁਸ਼ਾਸਨ ਵਿੱਚ ਰਹਿਣਾ ਕੈਨੇਡਾ ਦੇ ਵਿੱਚ ਰਹਿਣ ਵਾਲੇ ਪੰਜਾਬੀ ਐ ਜਿਹੜੇ ਉਹ ਵੀ ਬਹੁਤ ਵਧੀਆ ਨੇ ਮਿਹਨਤੀ ਵੀ ਨੇ ਔਰ ਮਿਹਨਤ ਕਰਨ ਦੇ ਨਾਲ ਨਾਲ ਉਹ ਲੋਕਾਂ ਦੀ ਮਦਦ ਵੀ ਕਰਦੇ ਹਾਂ ਕੁਝ ਥੋੜੇ ਬਹੁਤੇ ਇਹੋ ਜਿਹੇ ਹਨ ਜਿਹੜੇ ਲੋਕ ਨਜਾਇਜ਼ ਫਾਇਦਾ ਵੀ ਉਠਾਉਂਦੇ ਆ ਜਾਂ ਗਲਤੀਆਂ ਕਰਦੇ ਆ ਤੇ ਇਹੋ ਜਿਹੇ ਲੋਕ ਤੇ ਹਰ ਜਗ੍ਹਾ ਤੇ ਹੋ ਸਕਦੇ ਆ ਕਿ ਕਿ ਚੰਗੀਆਂ ਚੀਜ਼ਾਂ ਜਾਂ ਬੁਰੀਆਂ ਚੀਜ਼ਾਂ ਅਸੀਂ ਆਪਣੇ ਸਮਾਜ ਤੋਂ ਵੀ ਲੈਨੇ ਆ ਤੇ ਪਰਿਵਾਰ ਤੋਂ ਵੀ ਲੈਨੇ ਆ ਇਸ ਕਰਕੇ ਕੁਝ ਲੋਕ ਇਦਾਂ ਦੇ ਹੋ ਸਕਦੇ ਆ ਪਰ ਜੇ ਅਸੀਂ ਦੇਖੀਏ ਤੇ ਬਹੁਤ ਤਾਤ ਗਿਣਤੀ ਦੇ ਵਿੱਚ ਇੱਥੇ ਜੋ ਪੰਜਾਬੀ ਨੇ ਉਹ ਵੀ ਤੁਹਾਨੂੰ ਬੜੇ ਵਧੀਆ ਸੁਭਾਅ ਦੇ ਤੇ ਦੂਸਰੇ ਦੀ ਮਦਦ ਕਰਦੂ ਵਾਲੇ ਤੇ ਸ਼ਾਂਤ ਰਹਿਣ ਵਾਲੇ ਮਿਲਣਗੇ ਔਰ ਉਹਨਾਂ ਨੇ ਮਦਦ ਵੀ ਬਹੁਤ ਕੀਤੀ ਹੈ ਖਾਸ ਕਰਕੇ ਜਦੋਂ ਕੁਝ ਆਪਣੇ ਬੱਚੇ ਪੰਜਾਬ ਤੋਂ ਆਉਂਦੇ ਆ ਤੇ ਨਵੇਂ-ਨਵੇਂ ਆਏ ਬੱਚਿਆਂ ਨੂੰ ਇੱਥੇ ਬੜੀਆਂ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਦੇ ਕੋਲ ਕਾਰੋਬਾਰ ਨਹੀਂ ਹੁੰਦੇ ਉਹਨਾਂ ਕੋਲ ਰਹਿائش ਨਹੀਂ ਹੁੰਦੀ ਤੇ ਫਿਰ ਇੱਥੇ ਉਹ ਗੁਰੂ ਘਰ ਹੈ ਜਿਹੜੇ ਉਹਨਾਂ ਦਾ ਸਹਾਰਾ ਬੰਦਦੇ ਆ ਤੇ ਇੱਥੋਂ ਤੱਕ ਕਿ ਗੁਰੂ ਨਾਨਕ ਫੂਡ ਬੈਂਕ ਵੀ ਇੱਕ ਪੰਜਾਬੀਆਂ ਨੇ ਇੱਥੇ ਚਲਾਇਆ ਹੈ ਜਾਂ ਹੋਰ ਵੀ ਸਿੱਖਾਂ ਨੇ ਇਸ ਤਰ੍ਹਾਂ ਦੇ ਬੜੇ ਉਪਰਾਲੇ ਕੀਤੇ ਆ ਕਿ ਜਿੱਥੇ ਆ ਕੇ ਕੋਈ ਵੀ ਬੰਦਾ ਬਿਨਾਂ ਕਿਸੇ ਜਾਤ ਧਰਮ ਤੋਂ ਆਪਣੇ ਵਾਸਤੇ ਰਾਸ਼ਨ ਵੀ ਲੈ ਸਕਦਾ ਹੈ ਹੋਰ ਵੀ ਜਦ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਹੈ ਤੇ ਉਹਦਾ ਸਾਥ ਮਿਲਦਾ ਹੈ ਫਿਰ ਇੱਥੇ ਰਹਿਣ ਵਾਲੇ ਪੰਜਾਬੀਆਂ ਦਾ ਧਰਮ ਦੇ ਨਾਲ ਵੀ ਬੜਾ ਗਹਿਰਾ ਪਿਆਰ ਹੈ ਜੀ ਗੁਰੂ ਘਰਾਂ ਦੇ ਵਿੱਚ ਜਾਣਾ ਆਪਣੇ ਬੱਚਿਆਂ ਨੂੰ ਲੈ ਕੇ ਜਾਣਾ ਬੱਚਿਆਂ ਨੂੰ ਗੁਰਮਤ ਦੀਆਂ ਕਲਾਸਾਂ ਦੇਣਾ ਇਹ ਵੀ ਬੜੀ ਇੱਥੇ ਵਧੀਆ ਚੀਜ਼ ਹੈ ਔਰ ਸ਼ਾਇਦ ਕੈਨੇਡਾ ਦੇ ਵਿੱਚ ਰਹਿਣ ਵਾਲੇ ਜਿੰਨੇ ਵੀ ਬੱਚੇ ਨੇ ਛੋਟੇ ਉਹਨਾਂ ਦਾ ਪੰਜਾਬੀ ਦੇ ਨਾਲ ਗੁਰਬਾਣੀ ਦੇ ਨਾਲ ਕੀਰਤਨ ਦੇ ਨਾਲ ਖਾਸ ਕਰਕੇ ਦਸਤਾਰਾਂ ਸਜਾਉਣ ਦੇ ਨਾਲ ਬੜਾ ਗਹਿਰਾ ਪਿਆਰ ਤੁਹਾਨੂੰ ਦੇਖਣ ਨੂੰ ਮਿਲੇਗਾ ਔਰ ਉਹ ਬੱਚੇ ਇਹਨਾਂ ਚੀਜ਼ਾਂ ਦੇ ਨਾਲ ਜੁੜ ਕੇ ਫਖਰ ਮਹਿਸੂਸ ਕਰਦੇ ਆ ਜਦ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੀ ਗੁਰੂਆਂ ਦੀ ਧਰਤੀ ਹੈ ਉੱਥੇ ਇਹ ਚੀਜ਼ਾਂ ਨਹੀਂ ਹਨ ਫਿਰ ਦੂਸਰੀ ਚੀਜ਼ ਇਹ ਹੈ ਕਿ ਪੈਦਲ ਚੱਲਣ ਦੀ ਮੈਂ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਪੈਦਲ ਚੱਲਣ ਵਾਲੇ ਨੂੰ ਕਦੋਂ ਕੀੜੀ ਵਾਂਗ ਕੋਈ ਕਾਰ ਸਵਾਰ ਜਾਂ ਕੋਈ ਮੋਟਰਸਾਈਕਲ ਸਵਾਰ ਰੋਂਦ ਜਾਵੇ ਇਹਦਾ ਪਤਾ ਹੀ ਨਹੀਂ ਚੱਲਦਾ ਪਰ ਇੱਥੇ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਪੈਦਲ ਚੱਲਣ ਵਾਲਾ ਬੰਦਾ ਹੈ ਉਹ ਤੇ ਬਾਦਸ਼ਾਹ ਹੈ ਤੇ ਤੁਸੀਂ ਜੋ ਕਾਰ 'ਚ ਬੈਠੇ ਹੋ ਤੁਸੀਂ ਉਸਦੇ ਗੁਲਾਮ ਹੋ ਇਸ ਲਈ ਤੁਹਾਡਾ ਫਰਜ਼ ਬਣਦਾ ਹੈ ਕਿ ਜਦੋਂ ਤੁਹਾਡਾ ਬਾਦਸ਼ਾਹ ਤੁਹਾਡੇ ਅੱਗੋਂ ਦੀ ਲੰਘ ਰਿਹਾ ਹੈ ਤੇ ਤੁਸੀਂ ਉਸ ਵੇਲੇ ਰੁਕ ਜਾਣਾ ਹੈ ਉਸ ਵੇਲੇ ਤੁਸੀਂ ਅੱਗੇ ਨਹੀਂ ਚੱਲਣਾ ਕਾਰ ਨੂੰ ਉੱਥੇ ਹੀ ਰੋਕ ਦੇਣਾ ਹੈ ਹਾਂ ਜਿਹੜੇ ਪੰਜਾਬ ਤੋਂ ਆਏ ਆ ਅਜੇ ਜਿਨ੍ਹਾਂ ਦਾ ਪੰਜਾਬੀ ਮਾਈਂਡ ਸੈਟ ਹੈ ਉਹ ਇਸ ਚੀਜ਼ ਨੂੰ ਮੰਨਣ ਚਾਹੇ ਨਾ ਮੰਨਣ ਕਿਉਂਕਿ ਨਵੇਂ-ਨਵੇਂ ਮੁੰਡੇ ਜਿਹੜੇ ਆਏ ਆ ਉਹਨਾਂ ਦੀਆਂ ਕੁਝ ਪ੍ਰੋਬਲਮਸ ਹੋ ਸਕਦੀਆਂ ਥੋੜੀਆਂ-ਬਹੁਤੀਆਂ ਵੈਸੇ ਇਹੋ ਜੀ ਪ੍ਰੋਬਲਮ ਕੋਈ ਨਹੀਂ ਹੈ ਕੈਨੇਡਾ ਦੇ ਵਿੱਚ ਦੂਸਰੀ ਚੀਜ਼ ਇਹ ਵੀ ਮਿਲਦੀ ਹੈ ਕਿ ਇੱਥੇ ਰਹਿਣ ਵਾਲੇ ਚਾਹੇ ਉਹ ਕਾਲੇ ਨੇ ਤੇ ਚਾਹੇ ਗੋਰੇ ਨੇ ਤੇ ਚਾਹੇ ਪੰਜਾਬੀ ਨੇ ਇੱਕ ਦੂਸਰੇ ਦੇ ਨਾਲ ਪ੍ਰਸਪਰ ਪਿਆਰ ਵੀ ਬਹੁਤ ਜ਼ਿਆਦਾ ਔਰ ਸਹਿਯੋਗ ਵੀ ਬਹੁਤ ਜ਼ਿਆਦਾ ਮਿਲਦਾ ਹੈ ਔਰ ਦੂਸਰੇ ਦੀ ਮਦਦ ਕਰਕੇ ਜਿਹੜੀ ਖੁਸ਼ੀ ਕੈਨੇਡਾ ਦੇ ਵਿੱਚ ਮਿਲਦੀ ਹੈ ਇਹ ਮੈਨੂੰ ਲੱਗਦਾ ਹੈ ਕਿ ਇੰਡੀਆ ਦੇ ਵਿੱਚ ਘੱਟ ਹੈ ਉਹਦਾ ਰੀਜ਼ਨ ਇੱਕ ਹੋਰ ਵੀ ਹੈ ਜਿਹੜੇ ਕੰਟਰੀਜ਼ ਗਰੀਬ ਹੁੰਦੇ ਐ ਜਿਨ੍ਹਾਂ ਦੇ ਕੋਲ ਸਰਵਾਈਵ ਕਰਨ ਦੇ ਵਾਸਤੇ ਮੁਸ਼ਕਲਾਂ ਹੁੰਦੀਆਂ ਨੇ ਜਿਹੜੇ ਪਰਿਵਾਰਾਂ ਦੇ ਵਿੱਚ ਉਹਨਾਂ ਨੂੰ ਜ਼ਿਆਦਾ ਚਲਾਕ-ਚੁਸਤ ਰਹਿਣਾ ਪੈਂਦਾ ਹੈ ਕਾਰਨ ਇਹ ਕਿ ਉਹ ਹਰ ਤਰੀਕੇ ਦੇ ਨਾਲ ਜੋ ਉਹਨਾਂ ਦੇ ਹੱਥ ਆਉਣ ਵਾਲਾ ਮੌਕਾ ਹੈ ਉਹ ਖੋਣਾ ਨਹੀਂ ਚਾਹੁੰਦੇ ਪਰ ਜਿਨ੍ਹਾਂ ਦੇ ਕੋਲ ਸਭ ਕੁਝ ਪਿਆ ਪਰੋਸਿਆ ਥਾਲੀ 'ਚ ਮਿਲ ਜਾਂਦਾ ਉਹ ਜ਼ਿਆਦਾ ਚਲਾਕ-ਚੁਸਤ ਨਹੀਂ ਹੁੰਦੇ ਕਿਉਂਕਿ ਇੱਕ ਗਰੀਬ ਦਾ ਬੱਚਾ ਉਸ ਬੱਚੇ ਨੇ ਰੋਟੀ ਦਾ ਕਿਤੇ ਟੁਕੜਾ ਲੈਣਾ ਜਿਸ ਦੇ ਕੋਲ ਇਹ ਮੁਸੀਬਤ ਹੈ ਕਿ ਸ਼ਾਇਦ ਰੋਟੀ ਕਦੇ ਮਿਲਨੀ ਹੈ ਚਾਹੇ ਨਹੀਂ ਮਿਲਨੀ ਤਾਂ ਉਸ ਨੂੰ ਤੇ ਚਲਾਕ ਚੁਸਤੀਆਂ ਵਰਤਣੀਆਂ ਪੈਣਗੀਆਂ ਪਰ ਜਿਸ ਨੂੰ ਇਹ ਪਤਾ ਹੈ ਕਿ ਜੇਬ ਪੈਸਿਆਂ ਦੇ ਨਾਲ ਭਰੀ ਆ ਤੇ ਫ੍ਰਿਜ ਜਿਹੜੀ ਹੈ ਉਹ ਭੋਜਨ ਦੇ ਨਾਲ ਭਰੀ ਹੈ ਉਹਨੂੰ ਭੋਜਨ ਦੇ ਵਾਸਤੇ ਚਲਾਕੀਆਂ ਚੁਸਤੀਆਂ ਵਰਤਣ ਦੀ ਕੋਈ ਜ਼ਿਆਦਾ ਲੋੜ ਨਹੀਂ ਪੈਂਦੀ ਕੈਨੇਡਾ ਦੇ ਵਿੱਚ ਵੀ ਇਹ ਚੀਜ਼ ਹੈ ਆ ਜਿਹੜੇ ਲੋਕ ਤੇ ਸੰਪਨ ਹੈ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਨਿਰੰਤਰ ਇਨਕਮ ਆ ਰਹੀ ਹੈ ਉਹ ਤੇ ਬਿਲਕੁਲ ਠੀਕ ਨੇ ਪਰ ਕੁਝ ਇਹੋ ਜਿਹੇ ਵੀ ਹਨ ਜਿਨ੍ਹਾਂ ਨੇ ਆਪਣੀਆਂ ਬੇਸਮੈਂਟਾਂ ਤੇ ਹੀ ਜਿਹੜਾ ਉਹ ਗੁਜ਼ਾਰਾ ਕਰਨਾ ਹੁੰਦਾ ਹੈ ਇਨਕਮ ਬਹੁਤ ਘੱਟ ਹੈ ਖਰਚੇ ਬਹੁਤ ਜ਼ਿਆਦਾ ਹੈ ਤੇ ਉਹ ਫਿਰ ਕੀ ਕਰਦੇ ਨੇ ਕਿ ਆਪਣੀਆਂ ਬੇਸਮੈਂਟਾਂ ਨੂੰ ਜਿਹੜਾ ਹੈ ਉਹ ਇਸ ਤਰ੍ਹਾਂ ਕਿਰਾਏ ਤੇ ਪਰ ਪਰਸਨ ਕਿਰਾਏ ਤੇ ਚਾੜਦੇ ਆ ਤੇ ਜੇ ਇੱਕ 2 ਰੂਮ ਦੀ ਵੀ ਬੇਸਮੈਂਟ ਹੁੰਦੀ ਹੈ ਤੇ ਉਹਦੇ ਵਿੱਚ ਉਹ ਐਦਾਂ ਕਰਦੇ ਆ ਕਿ 8 ਜਾਣੇ ਪਰ ਲੈਂਦੇ ਆ 4-4 ਜਾਣੇ ਇੱਕ ਕਮਰੇ 'ਚ ਉਹਨਾਂ ਚਾਰ-ਚਾਰ ਜਾਣਿਆਂ ਤੋਂ ਐਦਾਂ ਕਰਦੇ ਨੇ ਕਿ ਫਿਰ 5-500 ਹਜ਼ਾਰ-ਹਜ਼ਾਰ ਡਾਲਰ ਲੈ ਲੈਂਦੇ ਆ ਤੇ 6-7000 8000 ਡਾਲਰ ਮਹੀਨੇ ਦਾ ਉਹ ਬੇਸਮੈਂਟ ਦੇ ਵਿੱਚੋਂ ਵੀ ਕੱਢਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰਦੇ ਕੀ ਇਹ ਕੱਢਦੇ ਨੇ ਪਰ ਇਹਨਾਂ ਦੀ ਗਿਣਤੀ ਵੀ ਕੋਈ ਬਹੁਤ ਜ਼ਿਆਦਾ ਨਹੀਂ ਹੈ ਪਰ ਇਸ ਤਰ੍ਹਾਂ ਦੇ ਲੋਕ ਹੈਗੇ ਨੇ ਫਿਰ ਉਹਦੇ ਨਾਲ-ਨਾਲ ਕਈ ਇਸ ਤਰ੍ਹਾਂ ਵੀ ਕਰ ਲੈਂਦੇ ਆ ਕਿ ਫੂਡ ਵੀ ਨਾਲ ਸਪਲਾਈ ਕਰਦੇ ਨੇ ਔਰ ਫੂਡ ਦੇਣ ਦੇ ਪੈਸੇ ਅਲੱਗ ਚਾਰਜ ਕਰਦੇ ਨੇ ਜੇਕਰ ਕੋਈ ਕਪਲ ਉਹਨਾਂ ਦੇ ਕੋਲ ਰਹਿੰਦਾ ਤੇ ਉਸ ਕਪਲ ਨੂੰ ਵੀ ਬੀਬੀਆਂ ਜਿਵੇਂ ਘਰ ਦੀਆਂ ਓਨਰਸ ਖਾਲੀ ਰਹਿੰਦੀਆਂ ਤੇ ਉਹ ਕਪਲ ਦੇ ਉਸ ਬੱਚੇ ਨੂੰ ਵੀ ਸੰਭਾਲ ਲੈਂਦੀਆਂ ਕਿ ਅਸੀਂ ਤੁਹਾਡਾ ਬੱਚਾ ਸੰਭਾਲ ਲਾਂਗੇ ਤੁਸੀਂ ਆਪਣੀ ਜੌਬ ਕਰ ਲਵੋ ਤੇ ਉਹਦੇ ਪੈਸੇ ਵੀ ਚਾਰਜ ਕਰ ਲੈਂਦੇ ਆ ਤੇ ਇਸ ਤਰ੍ਹਾਂ ਕਮਾਈ ਦੇ ਸਾਧਨ ਹੈ ਜਿਹੜੇ ਉਹ ਕੈਨੇਡਾ ਦੇ ਵਿੱਚ ਹੈ ਜਿਹੜੇ ਹਰ ਕੋਈ ਆਪਣੇ ਲਈ ਲੱਭਦਾ ਹੈ ਹੁਣ ਇੱਕ ਚੀਜ਼ ਹੋਰ ਆਂਦੀ ਹੈ ਜਦੋਂ ਅਸੀਂ ਇੰਡੀਆ ਦੇ ਵਿੱਚ ਰਹਿੰਦੇ ਸੀ ਤੇ ਸਾਨੂੰ ਐਵੇਂ ਲੱਗਦਾ ਸੀ ਕਿ ਕੈਨੇਡਾ ਦੇ ਵਿੱਚ ਨਸ਼ੇ ਨਹੀਂ ਆ ਕਿਉਂਕਿ ਕੈਨੇਡਾ ਦੇ ਵਿੱਚ ਆਣ ਵਾਲੇ ਲੋਕ ਹੈ ਜਿਹੜੇ ਉਹ ਦੋ ਤਰ੍ਹਾਂ ਦੇ ਲੋਕ ਆਉਂਦੇ ਆ ਇੱਕ ਉਹ ਜਿਹੜੇ ਗਰੀਬ ਨੇ ਉਹ ਇਸ ਕਰਕੇ ਆਂਦੇ ਆ ਕਿ ਸਾਡਾ ਬੱਚਾ ਜਦੋਂ ਕੈਨੇਡਾ ਜਾਂ ਅਮਰੀਕਾ ਚਲੇ ਜਾਏਗਾ ਤੇ ਅਸੀਂ ਵੀ ਅਮੀਰ ਹੋ ਜਾਵਾਂਗੇ ਦੂਸਰੇ ਉਹ ਵੀ ਆਂਦੇ ਆ ਜਿਨ੍ਹਾਂ ਦੇ ਕੋਲ ਉੱਥੇ ਪੈਸੇ ਤੇ ਬਹੁਤ ਜ਼ਿਆਦੇ ਐ ਪਰ ਉਹਨਾਂ ਦਾ ਬੱਚਾ ਜਿਹੜਾ ਉਹ ਨਸ਼ਿਆਂ ਦੇ ਵਿੱਚ ਪੈ ਜਾਂਦਾ ਹੈ ਜਾਂ ਉਹਨਾਂ ਨੂੰ ਇਹ ਡਰ ਰਹਿੰਦਾ ਹੈ ਕਿ ਇੱਥੇ ਰਹਿ ਕੇ ਬੱਚਾ ਨਸ਼ੇੜੀ ਨਾ ਬਣ ਜਾਵੇ ਤੇ ਚਲੋ ਇਹਨੂੰ ਕੈਨੇਡਾ ਕੱਢ ਦਈਏ ਇਸ ਤਰ੍ਹਾਂ ਦੇ ਵੀ ਬੱਚੇ ਇੱਥੇ ਆਂਦੇ ਨੇ ਹੁਣ ਇਹਨਾਂ ਦੋਨਾਂ ਦੇ ਵਿੱਚ ਫਰਕ ਇਹ ਰਹਿੰਦਾ ਹੈ ਕਿ ਜਿਹੜੇ ਇਸ ਤਰ੍ਹਾਂ ਆਂਦੇ ਨੇ ਜਿਹੜੇ ਤੇ ਗਰੀਬ ਆ ਜਾਂਦੇ ਆ ਉਹਨਾਂ ਨੂੰ ਸੈਟਲ ਹੋਣ ਲਈ ਸਟੈਬਲਿਸ਼ ਹੋਣ ਲਈ ਕਾਫੀ ਸਮਾਂ ਇੱਥੇ ਲੱਗਦਾ ਹੈ ਔਰ ਉਹਨੇ ਚਿਰ ਚ ਉਹਨਾਂ ਦਾ ਜਿਹੜਾ ਕਰਜ਼ਾ ਹੁੰਦਾ ਹੈ ਨਾ ਉਹ ਦਿਨੋਂ ਦਿਨ ਵੱਧਦਾ ਹੀ ਜਾਂਦਾ ਹੈ ਕਿਉਂਕਿ ਮੈਂ ਇੱਕ ਦਿਨ ਪੁੱਛ ਰਿਹਾ ਸੀ ਕਿ ਜੇ ਉਹ ਇੰਡੀਆ ਤੋਂ ਇੱਧਰ ਆਂਦੇ ਆ ਤੇ ਉਹਨਾਂ ਨੂੰ ਲੱਖ ਦੇ ਪਿੱਛੇ ਮਹੀਨੇ ਦੇ ਕਿੰਨੇ ਪੈਸੇ ਦੇਣੇ ਪੈਂਦੇ ਆ ਤੇ ਉਹ ਮੈਨੂੰ ਦੱਸ ਰਹੇ ਸੀਗੇ ਕਿ ਲੱਖ ਦੇ ਪਿੱਛੇ 5000 ਰੁਪਇਆ ਹੈ ਜਿਹੜਾ ਉਹ ਮਹੀਨੇ ਦਾ ਪੈਂਦਾ ਹੈ ਤੇ ਮੈਂ ਸੋਚ ਰਿਹਾ ਸੀ ਕਿ 5000 ਦਾ ਮਤਲਬ ਜੇ ਕਿਸੇ ਨੇ 20 25 ਲੱਖ ਰੁਪਇਆ ਵੀ ਕਰਜ਼ੇ ਤੇ ਚੁੱਕਿਆ ਤੇ ਉਹ ਬੰਦਾ ਕਦੋਂ ਉੱਠੇਗਾ ਉਹ ਤਾਂ ਸਮਝ ਲਓ ਜਿਉਂਦਾ ਹੀ ਮਰ ਗਿਆ ਜਿਹੜੇ ਇਸ ਤਰ੍ਹਾਂ ਆਂਦੇ ਨੇ ਉਹ ਵੀ ਕੁਝ ਜ਼ਿਆਦਾ ਨਹੀਂ ਕਰ ਪਾਉਂਦੇ ਕਿਉਂਕਿ ਜਿੰਨੀਆਂ ਵੱਡੀਆਂ ਉਮੀਦਾਂ ਇੱਥੇ ਕਮਾਈ ਦੀਆਂ ਕੋਈ ਲੈ ਕੇ ਆਉਂਦਾ ਹੈ ਉਹਨੀਆਂ ਵੱਡੀਆਂ ਉਮੀਦਾਂ ਕੈਨੇਡਾ ਕੇ ਪੂਰੀਆਂ ਕਰਨਾ ਇਹ ਸੌਖਾ ਕੰਮ ਨਹੀਂ ਹੈ ਕਿਉਂਕਿ ਉਹਨਾਂ ਨੂੰ ਪੂਰੀਆਂ ਕਰਨ ਦੇ ਵਿੱਚ ਪੀੜੀਆਂ ਲੱਗ ਜਾਂਦੀਆਂ ਹਨ ਹਾਂ ਇਹ ਨਹੀਂ ਹੈ ਕਿ ਇਸ ਤਰ੍ਹਾਂ ਹੋ ਨਹੀਂ ਸਕਦਾ ਪਰ ਇਹਦੇ ਵਿੱਚ ਮੁਸ਼ਕਲਾਂ ਬਹੁਤ ਵੱਡੀਆਂ ਆਉਂਦੀਆਂ ਨੇ ਤੇ ਉਹ ਕਰਜ਼ਾ ਕਈ ਵਾਰ ਡੇ ਬਾਈ ਡੇ ਵੱਧਦਾ ਜਾਂਦਾ ਹੈ ਦੂਸਰੇ ਜਿਹੜੇ ਲੋਕ ਇਸ ਕਰਕੇ ਇੱਥੇ ਆਂਦੇ ਆ ਕਿ ਨਸ਼ੇ ਨਹੀਂ ਮਿਲਣਗੇ ਔਰ ਮੈਂ ਉਹਨਾਂ ਨੂੰ ਵੀ ਇਹ ਚੀਜ਼ ਦੱਸ ਦੇਣੀ ਚਾਹੁੰਦਾ ਕਿ ਕੈਨੇਡਾ ਦੇ ਵਿੱਚ ਨਸ਼ੇ ਤੇ ਨਸ਼ੇੜੀ ਹੈ ਜਿਹੜੇ ਉਹਨਾਂ ਦਾ ਵੀ ਕੋਈ ਘਾਟਾ ਨਹੀਂ ਹੈ ਜੇ ਇੱਥੇ ਅਮੀਰ ਲੋਕ ਹੈਗੇ ਆ ਤੇ ਇੱਥੇ ਭਿਖਾਰੀਆਂ ਦਾ ਵੀ ਕੋਈ ਘਟਾ ਨਹੀਂ ਆ ਮੈਨੂੰ ਇੱਥੋਂ ਤੱਕ ਕੇ ਬਹੁਤ ਸਾਰੇ ਜਿਹੜੇ ਨੇ ਸਾਡੇ ਪੰਜਾਬੀ ਮੁੰਡੇ ਵੀ ਇਸ ਤਰ੍ਹਾਂ ਦੇ ਮਿਲੇ ਆ ਜਿਹੜੇ ਪੰਜਾਬੀ ਮੁੰਡੇ ਵੀ ਨਸ਼ੇ ਕਰਦੇ ਆ ਕਿਉਂਕਿ ਉਹ ਨਸ਼ਿਆਂ ਦੀ ਪ੍ਰਵਿਰਤੀ ਹੈ ਜਿਹੜੀ ਆਪਣੇ ਪਰਿਵਾਰਾਂ ਤੋਂ ਇੰਡੀਆ ਤੋਂ ਹੀ ਲੈ ਕੇ ਆਏ ਆ ਇੱਥੇ ਆ ਕੇ ਵੀ ਜਦੋਂ ਇਕੱਠੇ ਰਹਿੰਦੇ ਨੇ ਬੇਸਮੈਂਟਾਂ ਦੇ ਵਿੱਚ ਤੇ ਇੱਕ ਬੰਦੇ ਨੂੰ ਜਿਵੇਂ ਅਸੀਂ ਕਹਿ ਲਈਏ ਨਾ ਕਿ ਕੋਰੋਨਾ ਹੋ ਗਿਆ ਵਾ ਤੇ ਉਹ ਦੂਸਰੇ ਬੰਦਿਆਂ ਨੂੰ ਵੀ ਕਰੋਨਾ ਵੰਡ ਦਿੰਦਾ ਸੀ ਇਸੇ ਤਰ੍ਹਾਂ ਜਦੋਂ ਇੱਕ ਬੰਦਾ ਨਸ਼ੇੜੀ ਹੁੰਦਾ ਹੈ ਤੇ ਉਹਦੇ ਨਾਲ ਰਹਿਣ ਵਾਲੇ ਜਦ ਦੂਸਰਿਆਂ ਦੀ ਪਰਸਨੈਲਿਟੀ ਸਟਰੋਂਗ ਨਹੀਂ ਹੁੰਦੀ ਤਾਂ ਉਹ ਦੂਸਰਿਆਂ ਨੂੰ ਵੀ ਨਸ਼ੇ ਵੰਡ ਦਿੰਦੇ ਆ ਇੱਥੋਂ ਤੱਕ ਕਿ ਮੈਂ ਪੰਜਾਬੀ ਕੁੜੀਆਂ ਇੱਥੇ ਸਮੋਕਿੰਗ ਕਰਦੀਆਂ ਵੀ ਦੇਖੀਆਂ ਨੇ ਪਰ ਇਹੋ ਜਿਹੇ ਲੋਕਾਂ ਦੀ ਗਿਣਤੀ ਕੋਈ ਬਹੁਤ ਜ਼ਿਆਦਾ ਨਹੀਂ ਬੜੀ ਥੋੜੀ ਗਿਣਤੀ ਹੈ ਜ਼ਿਆਦਾ ਤਾਂ ਉਹ ਲੋਕ ਨੇ ਜਿਹੜੇ ਇੱਥੇ ਮਿਹਨਤ ਕਰਦੇ ਆ ਦਿਨ ਰਾਤ ਸ਼ਿਫਟਾਂ ਲਾਉਂਦੇ ਆ ਔਰ ਪਿੱਛੇ ਆਪਣੇ ਪਰਿਵਾਰ ਦਾ ਵੀ ਖਿਆਲ ਰੱਖਦੇ ਆ ਤੇ ਜਿਹੜਾ ਉਹ ਕਰਜ਼ਾ ਚੁੱਕ ਕੇ ਆਏ ਹੁੰਦੇ ਆ ਉਸ ਕਰਜ਼ੇ ਨੂੰ ਵੀ ਉਤਾਰਨ ਦੇ ਵਾਸਤੇ ਉਹ ਲੱਗੇ ਹੋਏ ਨੇ ਕੈਨੇਡਾ ਦੇ ਵਿੱਚ ਹੋਰ ਵੀ ਜੋ ਚੰਗੀਆਂ ਚੀਜ਼ਾਂ ਵੇਖਣ ਨੂੰ ਮਿਲਦੀਆਂ ਉਹਨਾਂ ਦੇ ਵਿੱਚ ਇਹ ਕਿ ਇੱਥੇ ਕੁਦਰਤ ਦੇ ਜਿਹੜੇ ਵਾਤਾਵਰਣ ਦੀ ਬੜੀ ਸੰਭਾਲ ਕੀਤੀ ਜਾਂਦੀ ਹੈ ਖਾਸ ਕਰਕੇ ਤੁਸੀਂ ਇਹ ਦੇਖੋ ਕਿ ਪਾਣੀ ਹੈ ਜਿਹੜਾ ਉਹ ਕਦੇ ਵੀ ਗੰਦਾ ਨਹੀਂ ਹੋ ਰਿਹਾ ਨਦੀਆਂ ਬੜੀਆਂ ਸਾਫ਼ ਸੁਥਰੀਆਂ ਨੇ ਔਰ ਰੁੱਖਾਂ ਦੀ ਮੈਂ ਗੱਲ ਕਰਾਂ ਤੇ ਮੈਂ ਇਹ ਕਹਿ ਸਕਦਾ ਕਿ ਜਿੰਨੇ ਕ ਰੁੱਖ ਪੂਰੇ ਇੰਡੀਆ ਦੇ ਵਿੱਚ ਹੈ ਸ਼ਾਇਦ ਉਦੋਂ ਕਈ ਗੁਣਾ ਜ਼ਿਆਦਾ ਰੁੱਖ ਜੀਟੀਏ ਜਿਸ ਨੂੰ ਅਸੀਂ ਗ੍ਰੇਟ ਟ੍ਰੈਂਟੋ ਏਰੀਆ ਕਹਿੰਦੇ ਆ ਜਿਸ ਬ੍ਰੈਂਟਨ ਆ ਜਾਂਦਾ ਹੈ ਮਾਲਟਨ ਆ ਜਾਂਦਾ ਹੈ ਮਿਸਿਸਾਗਾ ਆ ਜਾਂਦਾ ਹੈ ਟ੍ਰਾਂਟੋ ਆ ਜਾਂਦਾ ਹੈ ਜਾਂ ਹੋਰ ਲਾਗਲੇ ਏਰੀਆ ਉਦੋਂ ਡਬਲ ਰੁੱਖ ਐਨੇ ਕੀ ਥਾਂ ਤੇ ਹੋਣਗੇ ਗ੍ਰੀਨਰੀ ਦੇ ਪੱਖੋਂ ਕੈਨੇਡਾ ਦਾ ਕੋਈ ਜਵਾਬ ਨਹੀਂ ਹੈ ਫਿਰ ਦੂਸਰੀ ਗੱਲ ਕਰੀਏ ਕਿ ਖੁੱਲੀਆਂ ਢੁੱਲੀਆਂ ਸੜਕਾਂ ਨੇ ਸੜਕਾਂ ਵੀ ਕੋਈ ਭੀੜੀਆਂ ਨਹੀਂ ਐ ਔਰ ਸੜਕਾਂ ਦੇ ਉੱਪਰ ਜਿਹੜੇ ਪੈਦਲ ਚੱਲਣ ਵਾਲੇ ਲੋਕ ਐ ਉਹਨਾਂ ਦੇ ਵਾਸਤੇ ਵੀ ਜਿਹੜਾ ਇੱਥੇ ਅਲੱਗ ਜਗ੍ਹਾ ਬਣੀ ਹੋਈ ਐ ਜਿਸ ਜਗ੍ਹਾ ਤੇ ਉਹ ਆਰਾਮ ਦੇ ਨਾਲ ਚੱਲ ਸਕਦੇ ਨੇ ਔਰ ਪਾਰਕਾਂ ਦੀ ਗੱਲ ਕਰੀਏ ਤਾਂ ਵਾਓ ਕੀ ਕਹਿਣਾ ਹੈ ਕੈਨੇਡਾ ਵਰਗੇ ਪਾਰਕ ਤਾਂ ਇੰਡੀਆ ਦੇ ਵਿੱਚ ਸੋਚੇ ਵੀ ਨਹੀਂ ਜਾ ਸਕਦੇ ਕਿਉਂਕਿ ਇੰਨੇ ਵਧੀਆ ਇੰਨੇ ਪਿਆਰੇ ਤੇ ਸੋਹਣੇ ਪਾਰਕ ਔਰ ਇਥੋਂ ਦਾ ਘਾ ਰੀਅਲੀ ਤੁਹਾਨੂੰ ਇੱਕ ਸਵਰਗ ਦੀ ਜਿਹੜੀ ਹੈ ਉਹ ਝਲਕ ਦਿੰਦਾ ਹੈ ਖਾਸ ਕਰਕੇ ਤੁਸੀਂ ਮੇਰੇ ਪਿੱਛੇ ਵੀ ਦੇਖ ਰਹੇ ਜੋ ਮੈਂ ਆਪਣੇ ਘਰ ਦੇ ਲੌਨ ਦੇ ਵਿੱਚ ਬੈਠਿਆ ਇਹ ਵੀਡੀਓ ਬਣਾ ਰਿਹਾ ਤੇ ਕਿੰਨਾ ਵਧੀਆ ਜਿਹੜਾ ਵਾ ਇੱਥੋਂ ਦਾ ਮਾਹੌਲ ਸੋਹਣਾ ਦਿਸਦਾ ਔਰ ਜੀ ਕਰਦਾ ਹੈ ਕਿ ਐਸੀ ਵਧੀਆ ਧਰਤੀ ਹੈ ਜਿਹੜੀ ਉਸ ਨੂੰ ਹੋਰ ਸੋਹਣਾ ਬਣਾਈਏ ਇੱਥੋਂ ਦੇ ਡਿਸਪਲਿਨ ਨੂੰ ਹੋਰ ਵਧੀਆ ਬਣਾਈਏ ਹਾਂ ਹੁਣ ਮੁਸ਼ਕਲਾਂ ਇੱਥੇ ਕੁਝ ਐਸੀਆਂ ਆਉਣੀਆਂ ਸ਼ੁਰੂ ਹੋਈਆਂ ਕਿ ਲੋਕ ਬਹੁਤ ਹੀ ਜ਼ਿਆਦਾ ਜਿਸ ਤਰ੍ਹਾਂ ਇੰਡੀਆ ਤੋਂ ਪਾਕਿਸਤਾਨ ਤੋਂ ਹੋਰ ਵੀ ਬਹੁਤ ਸਾਰੇ ਕੰਟਰੀਜ਼ ਤੋਂ ਇੱਥੇ ਆਨੇ ਸ਼ੁਰੂ ਹੋ ਗਏ ਔਰ ਉਹਨਾਂ ਦੇ ਵਿੱਚ ਜੋ ਮੈਕਸਿਮਮ ਮжоਰਿਟੀ ਹੈ ਉਹ ਕਰੀਬ 30% ਤੋਂ ਜ਼ਿਆਦਾ ਸਿਰਫ ਪੰਜਾਬੀ ਜਿਹੜੇ ਨੇ ਉਹ ਆਏ ਨੇ ਪਿਛਲੇ ਵੀ 3-4 ਸਾਲਾਂ 'ਚ ਬਾਕੀ ਕੰਟਰੀਜ਼ ਸਾਰਿਆਂ ਦੇ ਮਿਲ ਕੇ ਉਹਨੇ ਲੋਕ ਨਹੀਂ ਆਏ ਜਿੰਨੀ ਗਿਣਤੀ ਪੰਜਾਬੀਆਂ ਦੀ ਆਈ ਹੈ ਇਸ ਕਰਕੇ ਸਰਕਾਰ ਨੇ ਹੁਣ ਜਿਹੜੇ ਨਿਯਮ ਨੇ ਉਹ ਬੜੇ ਸਖਤ ਕਰਨੇ ਸ਼ੁਰੂ ਕਰ ਦਿੱਤੇ ਕਿ ਕੈਨੇਡਾ ਦੇ ਵਿੱਚ ਹੁਣ ਹੋਰ ਬਾਹਰਲੇ ਲੋਕਾਂ ਭਰੇ ਜਾਣ ਉਹਨਾਂ ਦੇ ਵਿੱਚੋਂ ਜਿੱਥੇ ਸਟੂਡੈਂਟ ਵੀਜ਼ੇ ਘਟਾਏ ਗਏ ਕਿ ਹੁਣ ਧੜਾ ਧੜੇ ਇੱਥੇ ਸਟੂਡੈਂਟਸ ਨੂੰ ਵੀਜ਼ੇ ਨਹੀਂ ਦਿੱਤੇ ਜਾਣਗੇ ਸਿਰਫ ਉਹਨਾਂ ਹੀ ਸਟੂਡੈਂਟਸ ਨੂੰ ਵੀਜ਼ੇ ਦਿੱਤੇ ਜਾਣਗੇ ਜੋ ਬਿਲਕੁਲ ਯੋਗ ਹੋਣਗੇ ਦੂਸਰਿਆਂ ਨੂੰ ਵੀਜ਼ੇ ਨਹੀਂ ਦਿੱਤੇ ਜਾਣਗੇ ਫਿਰ ਲੋਕੀ ਦੂਸਰਾ ਜਿਹੜਾ ਨਜਾਇਜ਼ ਫਾਇਦਾ ਇੱਥੇ ਵਸਣ ਲਈ ਏ ਉਠਾਉਂਦੇ ਸਨ ਕਿ ਜੋ ਲੋਕਾਂ ਦੇ ਕੋਲ ਕੈਲੀਬਰ ਨਹੀਂ ਹੁੰਦਾ ਸੀਗਾ ਕੁਆਲਿਫਿਕੇਸ਼ਨ ਨਹੀਂ ਹੁੰਦੀ ਸੀ ਉਹ ਵਿਜ਼ਟਰ ਵੀਜ਼ੇ ਤੇ ਆ ਜਾਂਦੇ ਸੀ ਤੇ ਇੱਥੇ ਆ ਕੇ ਸੈਲਮ ਲਗਾ ਦਿੰਦੇ ਸੀ ਤੇ ਸੈਲਮ ਲਗਾਉਣ ਤੋਂ ਬਾਅਦ ਉਹ ਖਾਲਸਤਾਨ ਮੂਵਮੈਂਟ ਦੇ ਨਾਲ ਜੁੜ ਕੇ ਪੱਕੇ ਹੋਣ ਦੀ ਕੋਸ਼ਿਸ਼ ਕਰਦੇ ਸੀ ਕਿਉਂਕਿ ਉਹਨਾਂ ਲਈ ਇਹ ਇੱਕ ਰਸਤਾ ਰਹਿ ਜਾਂਦਾ ਹੈਗਾ ਕਿ ਅਸੀਂ ਇਸ ਮੂਵਮੈਂਟ ਦੇ ਵਿੱਚ ਜੁੜ ਕੇ ਤੇ ਉਹ ਹੋ ਜਾਵਾਂਗੇ ਪਰ ਉਹ ਸਾਰੀਆਂ ਚੀਜ਼ਾਂ ਨੂੰ ਵੀ ਸਰਕਾਰ ਨੇ ਰੋਕਣ ਦੇ ਵਾਸਤੇ ਹੁਣ ਇਸ ਚੀਜ਼ ਤੇ ਵੀ ਸਖਤਾਈ ਵਰਤਣੀ ਸ਼ੁਰੂ ਕਰ ਦਿੱਤੀ ਹੈ ਇੱਕ ਹੋਰ ਵੀ ਚੀਜ਼ ਇੱਥੇ ਗਲਤ ਵੀ ਹੋ ਰਹੀ ਸੀ ਉਹ ਸੀ ਕਿ ਕਿ ਐਲ ਐਮ ਆਈ ਜਿੰਨੂੰ ਬੁਲਦੇ ਐਲ ਐਮ ਉਹਦੇ ਵਿੱਚ ਕੀ ਹੁੰਦਾ ਸੀਗਾ ਕਿ ਜਿਹੜੇ ਕੁਝ ਇਸ ਤਰ੍ਹਾਂ ਦੀਆਂ ਕੰਪਨੀਆਂ ਸੀ ਜੋ 10, 20,000, 30, 40,000 ਡਾਲਰ ਲੈ ਕੇ ਇੱਕ ਬੰਦੇ ਨੂੰ ਜਿਹੜਾ ਵਾ ਉਹ ਵਰਕ ਪਰਮਿਟ ਲੈ ਦਿੰਦੇ ਸੀਗੇ ਔਰ ਉਸ ਵਰਕ ਪਰਮਿਟ ਦੇ ਉੱਪਰ ਉਹ ਬੰਦਾ ਜਿਹੜਾ ਹੈ ਉਹਨਾਂ ਦੇ ਕੋਲ ਕੰਮ ਤੇ ਆ ਜਾਂਦਾ ਸੀ ਉਸ ਨੂੰ ਰੱਖ ਲੈਂਦੇ ਸੀ ਉਸੇ ਪੈਸੇ ਦੀ ਡਾਊਨ ਪੇਮੈਂਟ ਕਰਕੇ ਉਹ ਉਹਨੂੰ ਇੱਕ ਟਰੱਕ ਲੈ ਦਿੰਦੇ ਸੀ ਤੇ ਜਦੋਂ ਤੱਕ ਟਰੱਕ ਦੀਆਂ ਕਿਸ਼ਤਾਂ ਕਲੀਅਰ ਨਹੀਂ ਹੁੰਦੀਆਂ ਸੀ ਉਦੋਂ ਤਾਈਂ ਉਹ ਬੰਦਾ ਉਸ ਟਰੱਕ ਤੇ ਜਿਹੜਾ ਵਾ ਐਜ਼ ਏ ਡਰਾਈਵਰ ਘੱਟ ਵੇਸਿਸ ਤੇ ਕੰਮ ਕਰਦਾ ਰਹਿੰਦਾ ਸੀਗਾ ਜਿਸ ਦਿਨ ਟਰੱਕ ਦੀਆਂ ਕਿਸ਼ਤਾਂ ਪੂਰੀਆਂ ਹੋ ਜਾਂਦੀਆਂ ਸੀ ਉਸ ਦਿਨ ਉਸ ਨੂੰ ਉੱਥੋਂ ਹਟਾ ਕੇ ਤੇ ਕੋਈ ਦੂਸਰਾ ਇਸੇ ਤਰ੍ਹਾਂ ਦਾ ਫੜ ਲਿਆ ਜਾਂਦਾ ਸੀ ਦੂਸਰਾ ਟਰੱਕ ਲੈਣ ਦੇ ਵਾਸਤੇ ਇਦਾਂ ਲੋਕਾਂ ਨੇ ਜਿਹੜਾ ਉਹ ਟਰੱਕ ਪਹਿਲਾਂ ਵੀ ਬਣਾਏ ਔਰ ਐਲ ਐਮ ای ਦਾ ਜਿਹੜਾ ਉਹ ਕਾਫੀ ਜ਼ਿਆਦਾ ਅਸੀਂ ਕਹਿ ਲਈਏ ਦੁਰਉਪਯੋਗ ਸਾਡੇ ਪੰਜਾਬੀਆਂ ਨੇ ਕੀਤਾ ਤੇ ਹੁਣ ਉਹਦੇ ਤੇ ਵੀ ਸਰਕਾਰ ਇਹ ਨੱਥ ਪਾਉਣ ਜਾ ਰਹੀ ਹੈ ਸਰਕਾਰ ਦਾ ਹੁਣ ਇਹ ਮੰਨਣਾ ਹੈ ਕਿ ਜਿਵੇਂ ਵੱਡੇ ਸ਼ਹਿਰ ਹੈਗੇ ਨੇ ਜਿਨ੍ਹਾਂ ਦੇ ਵਿੱਚ ਅਸੀਂ ਕਹਿ ਲਈਏ ਜੀਟੀਏ ਹੈ ਮੌਂਟਰੀਅਲ ਹੈ ਜਾਂ ਹੋਰ ਵੀ ਕੈਨੇਡਾ 'ਚ ਜਿਨ੍ਹਾਂ ਦੇ ਵਿੱਚ ਵੈਨਕੂਵਰ ਆ ਗਿਆ ਹੈ ਜਿਨ੍ਹਾਂ ਦੇ ਵਿੱਚ ਅਸੀਂ ਕਹਿ ਲਈਏ ਕਿ ਸਰੀ ਹੈ ਕੈਲਗਰੀ ਵੱਡੇ ਸ਼ਹਿਰਾਂ ਦੇ ਵਿੱਚ ਹੁਣ ਕਿਸੇ ਵੀ ਰਹਿਣ ਵਾਲੇ ਲੋਕਾਂ ਨੂੰ ਐਲਐਮਆ ਵੀ ਨਹੀਂ ਦਿੱਤੀ ਜਾਏਗੀ ਕਿਉਂਕਿ ਉਹ ਕਹਿੰਦੇ ਆ ਕਿ ਜਦੋਂ ਇੱਥੇ ਇੰਨੀ ਜ਼ਿਆਦਾ ਆਬਾਦੀ ਹੈ ਇੰਨੀ ਜ਼ਿਆਦਾ ਬੇਰੁਜ਼ਗਾਰੀ ਹੈ ਤੇ ਫਿਰ ਤੁਸੀਂ ਕਿਉਂ ਜਿਹੜਾ ਉਹ ਵਰਕਰਸ ਇੰਡੀਆ ਤੋਂ ਬੁਲਾ ਰਹੇ ਉਹ ਇੱਥੇ ਰਹਿਣ ਵਾਲੇ ਲੋਕਾਂ ਨੂੰ ਹੀ ਤੁਸੀਂ ਕੰਮ ਕਿਉਂ ਨਹੀਂ ਦਿੰਦੇ ਇਸ ਕਰਕੇ ਇਹ ਵੀ ਜਿਹੜੀ ਚੀਜ਼ ਹੈ ਹੁਣ ਸਰਕਾਰ ਖਤਮ ਕਰਨ ਤੇ ਲੱਗੀ ਹੋਈ ਹੈ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਇੱਥੇ ਸਨ ਜਿਹੜੀਆਂ ਮੁਸ਼ਕਲਾਂ ਦੇ ਵਿੱਚ ਪਾ ਰਹੀਆਂ ਸਨ ਪਰ ਫਿਰ ਵੀ ਅਸੀਂ ਕਹਿ ਲਈਏ ਓਵਰ ਆਲ ਕੈਨੇਡਾ ਇੰਨਾ ਜ਼ਿਆਦਾ ਵਧੀਆ ਹੈ ਔਰ ਇੱਥੇ ਦੂਸਰੀ ਚੀਜ਼ ਇਹ ਮਿਲਦੀ ਹੈ ਕਿ ਤੁਹਾਨੂੰ ਦੋਵੇਂ ਹੀ ਤਰ੍ਹਾਂ ਦੇ ਲੋਕ ਮਿਲ ਜਾਣਗੇ ਇੱਕ ਉਹ ਲੋਕ ਜਿਹੜੇ ਪਿਓਰ ਪਿੰਡੂ ਕਲਚਰ ਚੋਂ ਆਏ ਨੇ ਖੇਤਾਂ ਚੋਂ ਆਏ ਨੇ ਪਿੰਡਾਂ ਚੋਂ ਆਏ ਨੇ ਤੇ ਉਹਨਾਂ ਦੀ ਸੋਚ ਅਜੇ ਵੀ ਜਿਹੜੀ ਆ ਉਹ ਲਗਭਗ ਉਸੇ ਤਰ੍ਹਾਂ ਦੀ ਹੈ ਉਹਨਾਂ ਦੀਆਂ ਉਦਾਂ ਦੀਆਂ ਸੱਥਾਂ ਹੁੰਦੀਆਂ ਦੂਸਰੇ ਇੱਥੇ ਤੁਹਾਨੂੰ ਵੱਡੇ ਤੋਂ ਵੱਡੇ ਸੋਹਣੇ ਵਿਚਾਰਮਾਨ ਸਕਾਲਰ ਵਕੀਲ ਇੰਜੀਨੀਅਰ ਡਾਕਟਰ ਪੰਜਾਬੀ ਵੀ ਮਿਲ ਜਾਣਗੇ ਜਿਨ੍ਹਾਂ ਦੀ ਇੱਕ ਆਪਣੀ ਅਲੱਗ ਸੋਸਾਇਟੀ ਹੈ ਔਰ ਲੇਖਕ ਵੀ ਹੈ ਜਿਹੜੇ ਉਹ ਬਹੁਤ ਸਾਰੇ ਨੇ ਚੰਗੇ ਲੋਕ ਨੇ ਔਰ ਕੈਨੇਡਾ ਦੇ ਵਿੱਚ ਜਿਹੜਾ ਉਹ ਕਿਤਾਬਾਂ ਵਿੱਚ ਕਾਫੀ ਲਿਖੀਆਂ ਜਾਂਦੀਆਂ ਇਸ ਦੇ ਇਲਾਵਾ ਇੱਕ ਹੋਰ ਵੀ ਮੈਂ ਕੈਨੇਡਾ ਦੀ ਗੱਲ ਤੁਹਾਨੂੰ ਦੱਸਾਂ ਉਹ ਇਹ ਹੈ ਕਿ ਕੈਨੇਡਾ ਦੇ ਵਿੱਚ ਰਹਿਣ ਵਾਲੇ ਜਿੰਨੇ ਵੀ ਪੰਜਾਬੀ ਨੇ ਉਹ ਬਾਹਰ ਜਦੋਂ ਗੋਰਿਆਂ ਦੇ ਨਾਲ ਜਾਂ ਕਾਲਿਆਂ ਦੇ ਨਾਲ ਗੱਲ ਕਰਨੀ ਹੈ ਉਦੋਂ ਤਾਂ ਸਾਨੂੰ ਅੰਗਰੇਜ਼ੀ ਬੋਲਣੀ ਹੀ ਪੈਂਦੀ ਹੈ ਕਿ ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ ਉਹਨਾਂ ਨੂੰ ਸਮਝ ਤੇ ਅੰਗਰੇਜ਼ੀ ਬੋਲਣੀ ਪੈਂਦੀ ਹੈ ਪਰ ਜੇਕਰ ਅਸੀਂ ਗੱਲ ਕਰੀਏ ਆਪਸ ਵਿੱਚ ਇੱਥੇ ਪੰਜਾਬੀ ਹੈ ਜਿਹੜੀ ਉਹ ਸਾਰੇ ਹੀ ਬੋਲਦੇ ਹੈ ਚਾਹੇ ਉਹ ਛੋਟਾ ਹੋਵੇ ਚਾਹੇ ਵੱਡਾ ਹੋਵੇ ਹਰ ਇੱਕ ਪੰਜਾਬੀ ਜਾਣਦਾ ਹੈ ਸਮਝਦਾ ਹੈ ਬੋਲਦਾ ਹੈ ਪੜ੍ਹਦਾ ਹੈ ਤੇ ਪੰਜਾਬੀ ਦੇ ਨਾਲ ਇੰਨਾ ਜ਼ਿਆਦਾ ਪਿਆਰ ਹੈ ਕਿ ਕੈਨੇਡਾ ਦੇ ਵਿੱਚ ਆ ਕੇ ਲੱਗਦਾ ਹੀ ਨਹੀਂ ਕਿ ਅਸੀਂ ਪੰਜਾਬ ਤੋਂ ਦੂਰ ਆ ਗਏ ਹਾਂ ਔਰ ਇਹ ਬੜੀ ਵੱਡੀ ਇੱਕ ਇੱਥੋਂ ਦੀ ਸਿਫਤ ਹੈ ਤੇ ਸਚਜਤਾ ਹੈ ਕਿ ਕੈਨੇਡਾ ਦੇ ਵਿੱਚ ਆ ਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਬੜੀਆਂ ਵਧੀਆ ਹੋ ਰਹੀਆਂ ਤੇ ਹਰ ਬੰਦਾ ਚੰਗੇ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਰਹਿ ਰਿਹਾ ਔਰ ਇਹ ਕੈਨੇਡਾ ਦੀਆਂ ਕੁਝ ਖਾਸ ਵਿਸ਼ੇਸ਼ਤਾਵਾਂ ਜਿਹੜੀਆਂ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕੀਤੀਆਂ ਆਸ ਕਰਦਾ ਹਾਂ ਕਿ ਤੁਹਾਨੂੰ ਇਹ ਸਾਰੀਆਂ ਹੀ ਵਿਸ਼ੇਸ਼ਤਾਵਾਂ ਚੰਗੀਆਂ ਲੱਗੀਆਂ ਹੋਣਗੀਆਂ ਤੇ ਫਿਰ ਮੈਂ ਕੱਲ ਨੂੰ ਕਿਸੇ ਹੋਰ ਵਿਸ਼ੇ ਦੇ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗਾ ਔਰ ਉਹਨਾਂ ਨੂੰ ਅਸੀਂ ਜਾਣਾਂਗੇ ਸਮਝਾਂਗੇ ਕਿ ਕਿਸ ਤਰ੍ਹਾਂ ਦਾ ਇੱਥੋਂ ਦਾ ਮਾਹੌਲ ਹੈ ਕਿਸ ਤਰ੍ਹਾਂ ਇੱਥੇ ਲੋਕ ਹੈ ਜਿਹੜੇ ਉਹ ਵਧੀਆ ਤਰੀਕੇ ਦੇ ਨਾਲ ਰਹਿੰਦੇ ਨੇ ਔਰ ਕਿਵੇਂ ਤੁਹਾਨੂੰ ਕਿਹੜੀਆਂ ਚੀਜ਼ਾਂ ਇੱਥੋਂ ਦੀ ਐਟ੍ਰੈਕਟ ਕਰਦੀਆਂ ਤੁਸੀਂ ਕਿਸ ਵਿਸ਼ੇ ਤੇ ਜਾਨਣਾ ਚਾਹੁੰਦੇ ਹੋ ਇਹ ਵੀ ਤੁਸੀਂ ਸਾਨੂੰ ਜ਼ਰੂਰ ਦੱਸਣਾ ਤਾਂ ਕਿ ਤੁਹਾਡੀ ਇੰਟਰਸਟ ਦੇ ਮੁਤਾਬਕ ਵੀ ਮੈਂ ਕੈਨੇਡਾ ਦੇ ਜਿਹੜੇ ਹਾਲਾਤ ਹੈ ਜਾਂ ਹੋਰ ਚੀਜ਼ਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗਾ ਜੀ ਔਰ ਇਸ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਵੀ ਕਰੋ ਵੀਡੀਓ ਨੂੰ ਹੋਰ ਲੋਕਾਂ ਨਾਲ ਸ਼ੇਅਰ ਵੀ ਕਰੋ ਤੇ ਆਪਣੇ ਤੁਸੀਂ opinion ਵੀ ਸਾਡੇ ਨਾਲ ਕਮੈਂਟਸ ਰਾਹੀਂ ਸ਼ੇਅਰ ਜਰੂਰ ਕਰੋ ਜੀ ਇਹਦੇ ਨਾਲ ਹੀ ਦੋ ਇਜ਼ਾਜ਼ਤ ਆਪਣੇ ਦੋਸਤ ਗੁਰਵੈਲ ਸਿੰਘ ਨੂੰ ਸਾਰੇ ਹੀ ਪਿਆਰ ਸਹਿਤ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ